ਹਾਂ ਜੀ ਕਿੱਦਾਂ ਜੀ ਆਲਮੋਸਟ ਅਸੀਂ ਅੱਧਾ ਰਾਹ ਕਵਰ ਕਰ ਲਿਆ ਆ ਅਤੇ ਜ਼ੈਫੀ ਨੂੰ ਵੀ ਇੱਥੋਂ ਖੰਨੇ ਤੋਂ ਪਿੱਚ ਕਰ ਲਿਆ ਸੀਗਾ ਅਤੇ ਫਿਲਹਾਲ ਵੈਸੇ ਲੇਟ ਹੋ ਗਏ ਆ ਮਤਲਬ ਇਹਨੇ ਵੀ ਮੈਨੂੰ ਵੈਸੇ ਬਹੁਤ ਗਾਲਾਂ ਕੱਢੀਆਂ ਇਹਦਾ ਤਾਂ ਬਹੁਤ ਲੇਟ ਕਰਾ ਤਾ ਮੈਂ 3 ਵਜੇ ਦਾ ਤਿਆਰ ਹੋ ਕੇ ਬੈਠਾ ਸੀਗਾ ਪਰ ਯਾਰ ਮੈਨੂੰ ਵੀ ਥੋੜ੍ਹੇ ਬਹੁਤੇ ਕੰਮ ਸੀਗੇ ਘਰ ਦੇ ਨਿਬੇੜ ਕੇ ਆਉਣੇ ਸੀ ਫਿਲਹਾਲ ਇਹਨੇ ਦਿਨਾਂ ਲਈ ਆਪਾਂ ਜਦੋਂ ਘਰੋਂ ਬਾਹਰ ਨਿਕਲਦੇ ਹਾਂ ਤਾਂ ਫਿਰ ਬੰਦਾ ਸੋਚਦਾ ਹੀ ਆ ਵੀ ਹਾਂ ਵੀ ਜਿਹੜੇ ਛੋਟੇ ਮੋਟੇ ਕਾਰਮੇ ਆ ਨਾ ਘਰਾਂ ਦੇ ਵੀ ਨਿਬੇੜ ਕੇ ਹੀ ਨਿਕਲੀਏ ਫਿਰ ਹੀ ਮਜ਼ਾ ਆਉਂਦਾ ਬੰਦਾ ਟੈਨਸ਼ਨ ਫਰੀ ਹੋ ਕੇ ਬਾਹਰ ਜਾ ਕੇ ਥੋੜ੍ਹੀ ਬਹੁਤੀ ਇੰਜੋਇਮੈਂਟ ਕਰ ਸਕਦਾ ਹੁੰਦਾ ਆ ਨਹੀਂ ਤਾਂ ਫਿਰ ਇੱਦਾਂ ਹੀ ਰਹਿ ਰੂਹ ਜਾਂਦੀ ਹੁੰਦੀ ਆ ਅਤੇ ਫਿਲਹਾਲ ਆਪਾਂ ਪਿੱਕ ਕਰ ਲਿਆ ਸੀ ਜ਼ੈਫੀ ਨੂੰ ਖੰਨਾ ਕ੍ਰੋਸ ਕਰ ਗਏ ਹਾਂ ਅਤੇ ਹੁਣ ਬਸ ਜਾ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਕੀ ਬਣਦਾ ਹਿਸਾਬ ਕਿਤਾਬ ਠੀਕ ਆ ਅਤੇ ਉਦੋਂ ਤੱਕ ਫਿਰ ਆਪਾਂ ਸਟੇ ਟਿਊਨਡ ਬਾਏ ਯਾਰ ਅਮਰਵੀਰ ਨੂੰ ਫੋਨ ਲਾਈ ਦੇਖੀ ਕੀ ਹਿਸਾਬ ਕਿਤਾਬ ਜਿਹਾ ਚੱਲਦਾ ਪਿਆ ਉੱਥੇ ਚੱਕਿਆ ਨਹੀਂ ਯਾਰ ਉਹਨੇ ਫੋਨ ਚੱਲ ਕੋਈ ਅਮਰਵੀਰ ਨੂੰ ਫੋਨ ਕਰਦੇ ਪਏ ਸੀਗੇ ਉਹਨੇ ਫੋਨ ਨਹੀਂ ਚੱਕਿਆ ਅਤੇ ਹੁਣ ਜਾ ਕੇ ਹੀ ਦੇਖਾਂਗੇ ਕੀ ਮਾਹੌਲ ਚਾਲ ਆ ਕਾਫੀ ਲੇਟ ਹੋ ਗਏ ਯਾਰ ਜਦੋਂ ਮੈਂ ਤੁਰਿਆ ਸੀ ਨਾ ਦਿਨ ਸੀਗਾ ਦਿਨ ਘਰੋਂ ਅਤੇ ਅੱਧੀ ਰਾਤ ਹੋ ਗਈ ਆ ਅੱਧੀ ਰਾਤ ਤਾਂ ਨਹੀਂ ਮਤਲਬ ਚਲੋ 8:30-9 ਹੋਣ ਵਾਲੇ ਆ ਅਤੇ ਬਸ ਪਹੁੰਚਣ ਵਾਲੇ ਹੀ ਆ ਪਰ ਫਿਰ ਵੀ ਰਾਤ ਪੈ ਗਈ ਆ ਸਾਰੀ ਅਤੇ ਮਤਲਬ ਅਗਲੀ ਵਾਰੀ ਜ਼ੈਫੀ ਕਹਿੰਦਾ ਇੱਧਰ ਕਿਤੇ ਵੀ ਜਾਂਦੇ ਆ ਨਾ ਤਾਂ ਟਾਈਮ ਤੋਂ ਪਹਿਲਾਂ ਜਾਣਾ ਚਾਹੀਦਾ ਹੈ ਨਹੀਂ ਤਾਂ ਨਾ ਜਾਓ ਅਤੇ ਮੈਂ ਇਹਨੂੰ ਕਿਹਾ ਵੀ ਠੀਕ ਆ ਸਰ ਆ ਗਿਆ ਅਮਰਵੀਰ ਦਾ ਫੋਨ ਆ ਗਿਆ ਹੈਲੋ ਹਾਂ ਬਈ ਬਸ ਪਹੁੰਚਦੇ ਪਏ ਆ ਆਪਾਂ ਫਿਲਹਾਲ ਹੁਣ ਨਾ ਉੱਧਰੋਂ ਫਰੀ ਹੋ ਕੇ ਅਤੇ ਆਪਾਂ ਸਾਡਾ ਨਾ ਜਦੋਂ ਅਸੀਂ ਇੱਥੇ ਕਾਲਜ ਪੜ੍ਹਦੇ ਹੁੰਦੇ ਨੇ ਤਾਂ ਬਹੁਤ ਹੀ ਇੱਕ ਫੇਮਸ ਹੋਟਲ ਸੀਗਾ ਜਿੱਥੇ ਅਸੀਂ ਯੂਜਲੀ ਆ ਕੇ ਪਰੌਂਠੇ ਵਗੈਰਾ ਖਾਂਦੇ ਹੁੰਦੇ ਸੀਗੇ ਅਤੇ ਉਹਦਾ ਨਾਮ ਆ ਈਗਲ ਮੋਟਲ ਤਾਂ ਇੱਥੇ ਜਦੋਂ ਵੀ ਆਪਾਂ ਦਿੱਲੀ ਨੂੰ ਜਾਂਦੇ ਹਾਂ ਤਾਂ ਮੋਸਟਲੀ ਬੱਸਾਂ ਇੱਥੇ ਹੀ ਸਾਰੀਆਂ ਰੁਕਦੀਆਂ ਆ ਅਤੇ ਇੱਥੇ ਆ ਰਹੇ ਹਾਂ ਅਤੇ ਇੱਥੇ ਹਲਕਾ ਜਿਹਾ ਕੁਛ ਕੌਫੀ ਵਗੈਰਾ ਪੀ ਕੇ ਤਾਂ ਫਿਰ ਨਿਕਲਦੇ ਹਾਂ ਅਮਰਵੀਰ ਦੇ ਘਰੇ ਅੱਛਾ ਮੇਰੇ ਲਈ ਖੋਲ ਰਹੇ ਸੀ ਜੀ ਥੈਂਕ ਯੂ ਸੋ ਮੱਚ ਕਿਆ ਬਾਤ ਆ ਤੁਸੀਂ ਰੌਣਕ ਸ਼ੌਣਕ ਦੇਖ ਸਕਦੇ ਹਾਂ ਬਹੁਤ ਹੀ ਵਧੀਆ ਅਤੇ ਮਤਲਬ ਕਿ ਜਦੋਂ ਅਸੀਂ ਪਹਿਲਾਂ ਆਉਂਦੇ ਹੁੰਦੇ ਸੀ ਨਾ ਅਤੇ ਅੱਜ ਦੇ ਵਿੱਚ ਬਹੁਤ ਹੀ ਚੇਂਜ ਆ ਗਿਆ ਆ ਅਤੇ ਪਤਾ ਨਹੀਂ ਦੇਖਦੇ ਹਾਂ ਕਿ ਉਦੋਂ ਕੌਫੀ ਆਪਾਂ ਨੂੰ ਸ਼ਾਇਦ 30 ਰੁਪਏ ਦੀ ਮਿਲਦੀ ਹੁੰਦੀ ਸੀਗੀ ਅਤੇ ਅੱਜ ਦੇ ਟਾਈਮ 'ਤੇ 120 ਰੁਪਏ ਦੀ ਹੋ ਗਈ ਵੀਰੇ 120 ਰੁਪਏ ਦੀ ਤੁਸੀਂ ਸਮਝ ਸਕਦੇ ਹੋ ਤਰੱਕੀ ਕਿੰਨੀ ਖਿੱਚ ਲਈ ਆ ਸਾਰਾ ਉੱਥੇ ਅਟੈਂਡ ਕਰ ਜਾਂਦਾ ਆ ਕਿੱਦਾਂ ਵੀ ਜ਼ੈਫੀ ਟਿਲ ਦੈਨ ਜ਼ੈਫੀ ਤਾਂ ਧੂਣੀ ਲਾ ਕੇ ਪੈ ਗਿਆ ਚਲੋ ਥੈਂਕ ਯੂ ਸੋ ਮੱਚ ਫੋਰ ਵਾਚਿੰਗ ਅਗਲੀ ਵੀਡੀਓ ਦੇ ਵਿੱਚ ਮਿਲਦੇ ਹਾਂ ਟਿਲ ਦੈਨ ਟੇਕ ਕੇਅਰ ਬਾਏ ਬਾਏ